ਗੱਲ ਦਾ ਜਿਵੇਂ ਸਾਰੇ ਹੀ ਆਪਾਂ ਨੂੰ ਪਤਾ ਆ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਦਸੂਹਾ ਪੁਲਿਸ ਸਟੇਸ਼ਨ ਦੇ ਵਿੱਚ ਥਾਰ ਗੱਡੀ 'ਤੇ ਸਾਨੂੰ ਲਵਾਰਸ ਹਾਲਤ ਵਿੱਚ ਥਾਰ ਗੱਡੀ ਦੀ ਇਨਫੋਰਮੇਸ਼ਨ ਆਈ ਵੀ ਉਹਦੇ 'ਤੇ ਫਾਇਰਿੰਗ ਹੋਈ ਹੋਈ ਹੈ। ਉਹਦੀ ਇਨਵੈਸਟੀਗੇਸ਼ਨ ਜਦੋਂ ਸਟਾਰਟ ਕੀਤੀ, ਕਿਉਂਕਿ 26 ਜਨਵਰੀ ਦਾ ਦਿਨ ਸੀਗਾ, ਇਸ ਕਰਕੇ ਸਾਰੇ ਹੀ ਬੜੇ ਸ਼ੌਕ ਹੋਏ ਵੀ ਕੀ ਹੈਪਨ ਹੋਇਆ। ਪਰੰਤੂ ਉਹਦਾ ਕੰਪਲੇਂਟੈਂਟ ਕੋਈ ਨਹੀਂ ਸੀਗਾ ਸਾਡੇ ਕੋਲ। ਉਹਦੇ ਬ੍ਰਦਰ ਨੇ ਕਿਹਾ ਵੀ ਮੇਰੇ ਬ੍ਰਦਰ ਦੀ ਗੱਡੀ ਹੈ ਇਹ, ਔਰ ਉਦੋਂ ਫਰਦਰ ਉਹਦਾ ਬ੍ਰਦਰ ਵੀ ਨਹੀਂ ਲੱਭ ਰਿਹਾ। ਐਜ਼ ਏ ਅਸੀਂ ਉਹਨੂੰ ਕਿਡਨੈਪਿੰਗ ਐਂਡ ਆਰਮ ਸੈਕਟ ਦੇ ਤਹਿਤ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ, ਔਰ ਬਹੁਤ ਸਾਰੀਆਂ ਕਲੂਜ਼ ਜਿਹੜੇ ਹੈਗੇ ਆ ਸਾਨੂੰ ਮਿਲੇ ਉੱਥੋਂ। ਔਰ ਜਿਹੜੀ ਫਰਦਰ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ, ਕੁਛ ਟੈਕਨੀਕਲ ਪੁਆਇੰਟਸ 'ਤੇ ਸਾਨੂੰ ਉੱਥੋਂ ਕੁਛ ਕਲੂਜ਼ ਮਿਲੇ, ਜਿਹੜੀ ਥਾਰ ਗੱਡੀ ਇਹਦੀ ਚਲਦੀ 'ਚ ਫਾਇਰ ਲੱਗਿਆ ਕਿ ਖੜੀ 'ਚ ਫਾਇਰ ਲੱਗਿਆ, ਐਕਸਪਰਟਸ ਤੋਂ ਅਸੀਂ ਉਹਦੀ ਓਪੀਨੀਅਨ ਲਈ, ਔਰ ਫਰਦਰ ਜਿਹੜੀਆਂ ਸਾਨੂੰ ਲੀਡਸ ਮਿਲੀਆਂ ਵੀ ਇਹ ਜਿਹੜਾ ਬੰਦਾ ਹੈ ਪਹਿਲਵਾਨ ਹੈ, ਔਰ ਇਹਦਾ ਜਿਹੜਾ ਸ਼ੋਹਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ। ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕ ਕੁਛ ਸਾਨੂੰ ਦੱਬੀ ਜਵਾਨ 'ਚ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਣੇ, ਇਹਨੇ ਠੱਗੀ ਇਹਨੇ ਕੀਤੀ ਹੋਈ ਆ ਕੋਈ ਵੱਡੀ, ਪਰੰਤੂ ਐਵੀਡੈਂਸ ਕੋਈ ਨਹੀਂ ਸੀ ਸਾਡੇ ਕੋਲ। ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਡੇ ਕੋਲ ਹਾਲੇ ਔਨ ਪ੍ਰੋਸੈਸ ਸੀਗੇ। ਇਨ ਬਿਟਵੀਨ ਅਸੀਂ ਵੀ ਇੱਥੋਂ ਫਰੀ ਹੋ ਕੇ ਸਾਰੇ ਜਾਣੇ ਦਸੂਏ ਪਹੁੰਚੇ ਉੱਥੇ, ਔਰ ਕਿਉਂਕਿ ਬੜਾ ਇੰਸੀਡੈਂਟ ਜਿਹੜਾ ਸੀਗਾ, 5 ਫਾਇਰ ਹੋਏ ਹੋਏ ਸੀ ਥਾਰ ਗੱਡੀ 'ਤੇ ਔਰ ਬੰਦਾ ਮਿਸਿੰਗ ਸੀਗਾ, ਉਹਨੂੰ SSP ਸਾਹਿਬ ਵੱਲੋਂ ਬੜੇ ਸੀਰੀਅਸਲੀ ਲਿਆ ਗਿਆ, ਔਰ ਸੀਨੀਅਰ ਅਫਸਰ ਵੱਲੋਂ ਵੀ ਬੜੀਆਂ ਸਾਨੂੰ ਕਾਲਸ ਆਈਆਂ ਵੀ 100% ਇਹਨੂੰ ਟਰੇਸ ਕਰੋ ਵਿਦ ਇਨ ਨੋ ਟਾਈਮਸ। ਚਲੋ ਸਾਡੀਆਂ CAE ਦੀਆਂ ਟੀਮਾਂ, DSP ਦਸੂਹਾ ਐਂਡ SHO ਦਸੂਹਾ, ਇਹ ਸਾਰਿਆਂ ਨੇ ਅਸੀਂ ਵੱਖ ਵੱਖ ਟੀਮਾਂ ਲਾ ਕੇ ਉੱਥੇ ਵਰਕ ਜਦੋਂ ਸਟਾਰਟ ਕੀਤਾ, ਇਸ ਵਰਕ ਦੇ ਦੌਰਾਨ ਹੀ ਸਾਡੇ ਕੋਲ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ, ਔਰ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਮੁਲਾਜ਼ਮ ਹੈ ਜੀ, ਅਸੀਂ ਸਪੋਰਟਸ ਸੈਂਟਰ ਤੋਂ ਇਹਦਾ ਪਤਾ ਕਰਾਇਆ, ਉੱਥੋਂ ਪਤਾ ਲੱਗਾ ਵੀ ਇਹ ਨਹੀਂ ਮੁਲਾਜ਼ਮ। ਜਦੋਂ ਇਹਦੀ ਸੋਸ਼ਲ ਮੀਡੀਆ ਅਸੀਂ ਨੈਟਵਰਕ ਚੈੱਕ ਕੀਤਾ, ਉੱਥੇ ਦੀਆਂ ASI ਦੀਆਂ ਫੋਟੋ ਸੀਗੀਆਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਇਹਨੇ ਆਪ ਹੀ ਪਾਈਆਂ ਹੋਈਆਂ ਸੀਗੀਆਂ, ਪਰੰਤੂ ਜਦੋਂ ਉਹਨੂੰ ਡੀਪ ਜਾ ਕੇ ਅਸੀਂ ਫੋਟੋ ਦੇਖੀਆਂ ਤਾਂ ਉਹ ਸਾਨੂੰ ਫੇਕ ਹੀ ਲੱਗ ਰਹੀ ਸੀ, ਵਰਦੀ ਇਹ ਫੇਕ ਹੈ ਕਿਉਂਕਿ ਨੇਮ ਪਲੇਟ ਦੂਜੇ ਪਾਸੇ PP ਪੁੱਠੀ ਲੱਗੀ ਹੋਈ। ਔਰ ਜਦੋਂ ਇਨ ਬਿਟਵੀਨ ਅਸੀਂ ਇਹ ਸਾਰਾ ਕੁਛ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੁਆਇਨਿੰਗ ਲੈਟਰ ਦੇਣੇ ਸੀਗੇ। 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ, ਅਪਰੋਕਸੀਮੇਟਲੀ 20 ਦੇ ਕਰੀਬ ਹੈਗੇ ਆ ਨੌਜਵਾਨ ਹਰਿਆਣੇ ਅਤੇ ਪੰਜਾਬ ਦੇ ਮਕੇਰੀਆਂ ਦਸੂਹੇ ਏਰੀਏ ਦੇ ਆ, ਔਰ ਉਹ ਜਿਹੜੇ ਹਰਿਆਣੇ ਵਾਲੇ ਉਹ ਸਾਰੇ ਕੈਥਲ ਦੇ, ਔਰ ਉਹ ਤਕਰੀਬਨ ਸਾਰੇ ਹੀ ਰੈਸਲਿੰਗ ਨਾਲ ਰਿਲੇਟਡ ਹੈਗੇ ਆ, ਪਹਿਲਵਾਨੀ ਦੇ ਨਾਲ ਰਿਲੇਟਡ ਹੈਗੇ ਆ, ਕੋਈ ਕਿਸੇ ਵੇਟ ਵਿੱਚ ਆ, ਕੋਈ ਕਿਸੇ ਵੇਟ ਦੇ ਵਿੱਚ, ਔਰ ਇਹਨੇ ਉਹਨਾਂ ਨੂੰ ਕਿਸੇ ਕੋਲ 13 ਲੱਖ, ਕਿਸੇ ਕੋਲ 15 ਲੱਖ, ਕਿਸੇ ਤੋਂ 8 ਲੱਖ ਵੱਖ ਵੱਖ ਕਰਕੇ ਜਦੋਂ ਅਸੀਂ ਇਹ ਸਾਰੀ ਕੀਤਾ ਤਾਂ ਅਪਰੋਕਸੀਮੇਟਲੀ 2 ਕਰੋੜ ਦੇ ਲਾਗੇ ਅਮਾਊਂਟ ਬਣਦੀ ਸੀ ਜਿਹੜੀ ਇਹਨੇ ਲਈ ਹੋਈ ਸੀ, ਔਰ ਉਹਦੀ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਹਾਲੇ ਚੱਲ ਰਹੀ ਹੈਗੀ ਆ। ਔਰ ਫਿਰ ਮੇਨ ਇਸ਼ੂ ਸੀਗਾ ਬੰਦਾ ਕਿੱਥੇ ਆ, ਉਸ ਤੋਂ ਬਾਅਦ ਇਹਦੇ ਫਿਰ ਜਿਹੜੇ ਫਰੈਂਡ ਸਰਕਲ ਟੈਕਨੀਕਲੀ ਅਸੀਂ ਜਿਹੜੀਆਂ ਨਾਲ ਲਾਸਟ ਕਾਲਾਂ ਸੀਗੀਆਂ ਜਾਂ ਮੋਬਾਈਲ 'ਤੇ ਕਾਲ ਸੀਗੀਆਂ, ਇੰਟਰਨੈਟ ਕਾਲ ਸੀਗੀਆਂ,
ਜਦੋਂ ਉਹਦੇ 'ਤੇ ਅਸੀਂ ਵਰਕ ਸਟਾਰਟ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ ਬੰਦਾ ਮਿਲਿਆ ਕੈਲਾ ਕਰਨੈਲ ਜਰਨੈਲ ਕੈਲਾ, ਜਿਹੜਾ ਕਿ ਇਹਦਾ ਉਸਤਾਦ ਹੈ। ਜਦੋਂ ਉਹਦੇ ਨਾਲ ਥੋੜ੍ਹੀ ਸਖਤੀ ਨਾਲ ਪਤਾ ਕੀਤਾ ਤਾਂ ਉਹਨੇ ਫਿਰ ਅਗਲਾ ਇੱਕ ਬੰਦਾ ਦੱਸਿਆ ਜਿਹੜਾ ਹੈਗਾ ਹਰਜਿੰਦਰ ਹਰਜਿੰਦਰ ਹਨੀ। ਇਹਦਾ ਇਹਦੀ ਫਿਰ ਅਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ, ਅਤੇ ਇਹਦੀ ਅਲਟੋ ਗੱਡੀ 'ਚ ਬੈਠ ਕੇ ਉੱਥੋਂ ਡਰਾਮਾ ਕਰਕੇ ਨਿਕਲ ਗਿਆ। ਔਰ ਉਹਦੇ ਨਾਲ ਫਿਰ ਉਹਨਾਂ ਦੀ ਨਿਸ਼ਾਨਦੇਹੀ 'ਤੇ ਇਹਨਾਂ ਨੂੰ ਅਸੀਂ ਰਾਊਂਡ ਅਪ ਕੀਤਾ ਰਾਤੀ ਲੇਟ ਨਾਈਟ, ਆਲਮੋਸਟ ਕਾਫੀ ਲੇਟ ਹੋ ਗਏ ਸੀ ਅਸੀਂ, ਅਤੇ ਇਸ ਕਰਕੇ ਅੱਜ ਨਹੀਂ ਤਾਂ ਅਸੀਂ ਕੱਲ੍ਹ ਹੀ ਇਹਦਾ ਡਿਸਕਲੋਜ਼ਰ ਕਰ ਦੇਣਾ ਸੀਗਾ, ਪਰੰਤੂ ਲੇਟ ਹੋਣ ਕਰਕੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ। ਔਰ ਫਰਦਰ ਇਹਨੂੰ ਰਿਕਵਰ ਕੀਤਾ, ਫਿਰ ਜਿਹੜਾ ਇਹਨੇ ਗੋਲੀ ਚਲਾਉਣ ਲਈ ਵੈਪਨ ਯੂਜ਼ ਕੀਤਾ ਸੀਗਾ ਇਹ ਇਲੀਗਲ ਹੈਗਾ, ਇਹਦੇ 'ਤੇ ਵੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਵੀ ਇਹਦੇ ਕੋਲ ਆਇਆ ਕਿੱਥੋਂ ਅਤੇ ਕਿਵੇਂ ਇਹਦੇ ਕੋਲ ਪਹੁੰਚਿਆ। ਇੱਕ ਇਹਦੇ ਜਦੋਂ ਇਹਨੂੰ ਰਾਊਂਡ ਅਪ ਕਰ ਲਿਆ, ਫਿਰ ਅਸੀਂ ਇਹਨੂੰ ਇਨ ਹੈਂਡ ਕੀਤਾ ਜਦੋਂ, ਔਰ ਫਰਦਰ 'ਚ ਇਹਦੇ ਆਈ ਕਾਰਡ ਮਿਲੇ ਜਿਹੜੇ ਕਿ PAP ਦੀ ਮੋਹਰ ਲੱਗੀ ਹੋਈ ਆ 8 ਬਟਾਲੀਅਨ ਦੀ, ਜਿਹੜੀ ਕਿ ਜਦਕਿ 8 ਬਟਾਲੀਅਨ PAP 'ਚ ਹੈ ਹੀ ਕੋਈ ਨਹੀਂ। ਅਤੇ ਘਰੋਂ ਜਦੋਂ ਇਹਦੀ ਸਰਚ ਕੀਤੀ ਤਾਂ ਇਹਦੀਆਂ ਵਰਦੀਆਂ ਮਿਲੀਆਂ, ਪ੍ਰੋਪਰ ਬੈਲਟ, ਸਬ ਇੰਸਪੈਕਟਰ ਜਾਂ ਇੰਸਪੈਕਟਰ ਰੈਂਕ ਦੀ ਹੈ ਇੱਕ, ਇੱਕ ASI ਦੀ ਹੈ। ਇਹ 2 ਵਰਦੀਆਂ ਇਹਦੇ ਘਰੋਂ ਮਿਲੀਆਂ, ਔਰ 3 ਹਾਂ ਇੱਕ ਜਿਹੜਾ ਇਹਨੇ ਨਾਲ ਇਹਦਾ ਅਸਿਸਟੈਂਟ ਸੀਗਾ ਉਹਦੇ ਨਾਲ ਗਨਮੈਨ ਦੇ ਤੌਰ 'ਤੇ ਇੱਕ ਵਰਦੀ ਪਾ ਲਦੇ ਸੀ। ਔਰ ਇਹ ਮੋਸਟਲੀ ਆਈ ਕਾਰਡ ਯੂਜ਼ ਕਰਦਾ ਸੀ ਇਹ ਟੋਲ ਪਲਾਜ਼ਿਆਂ 'ਤੇ, ਜਦੋਂ ਲੰਘਦਾ ਸੀ ਅਤੇ ਮੁਲਾਜ਼ਮ ਕਹਿ ਕੇ ਉੱਥੋਂ ਟੋਲ ਪਲਾਜ਼ਿਆਂ ਤੋਂ ਕ੍ਰੋਸ ਕਰਦਾ ਸੀਗਾ। ਔਰ ਸਾਨੂੰ ਜਿੰਨਾ ਅਸੀਂ ਸ਼ੌਕਡ ਸੀਗੇ ਔਨ ਜਿੰਨੀ ਇਹਨੇ ਠੱਗੀ ਮਾਰੀ ਆ, ਪਹਿਲਾਂ ਅਸੀਂ ਆਮ ਸੈਕ 'ਚ ਪਰਚਾ ਦਿੱਤਾ ਸੀ, ਫਿਰ ਅਸੀਂ ਹੁਣ 420, 406, 465, 67, 68, 71 ਔਰ ਜਿਹੜੀਆਂ ਇਹਨੇ 170, 171 ਆਰਮਸ ਐਕਟ ਇਹ ਜੁਰਮ 'ਚ ਲੇਟਰ ਔਨ ਅਸੀਂ ਵਾਧਾ ਕੀਤਾ। ਉਹਦਾ ਮੇਨ ਸੀਗਾ ਵੀ ਇਹ ਜਿਹੜੇ ਮੁੰਡਿਆਂ ਨੂੰ ਅੱਜ ਟਾਈਮ ਦਿੱਤਾ ਸੀ ਇਹਨੇ ਵੀ 26 ਜਨਵਰੀ ਨੂੰ ਤੁਹਾਨੂੰ ਜੁਆਇਨਿੰਗ ਲੈਟਰ ਦੇਣਾ, ਵੀ ਉਹਦੇ ਲਈ ਇਹ ਟਾਈਮ ਗੇਨ ਕਰ ਲਵੇ ਹੋਰ, ਵੀ ਮੇਰਾ ਤਾਂ ਉਦਣ ਕੰਮ ਹੋਣਾ, ਮੇਰੀ ਕਿਡਨੈਪਿੰਗ ਹੋ ਗਈ ਸੀਗੀ, ਮੈਨੂੰ ਚੱਕ ਕੇ ਲੈ ਗਿਆ ਸੀ ਬੰਦੇ ਕੋਈ, ਇਸ ਕਰਕੇ ਇਹਨੇ ਡਰਾਮਾ ਸਾਰਾ ਰਚਿਆ ਸੀਗਾ। ਇਹ ਅਪਰੋਕਸੀਮੇਟਲੀ ਇੱਕ ਸਾਲ ਦਾ ਟਾਈਮ ਹੈ, 1.5 ਸਾਲ ਤੋਂ ਇਹ ਵਰਕ ਕਰ ਰਿਹਾ ਆ ਜਿਹੜੇ ਭਰਤੀ ਕਰਾਉਣ ਦੇ ਨਾਂ 'ਤੇ ਠੱਗੀ ਮਾਰ ਰਿਹਾ ਸੀ। ਹਾਲੇ ਸਾਨੂੰ ਉਮੀਦ ਆ ਵੀ ਹੋਰ 20 ਬੰਦੇ ਆਉਣਗੇ ਸਾਹਮਣੇ, ਇਹ 20 ਬੰਦੇ ਦਾ ਸਾਹਮਣੇ ਆ ਗਿਆ ਸਾਡੇ, ਜਿਹੜਾ ਅਜੇ ਆ ਅਜੇ ਇਹਦੇ ਨਾਲ ਦਾ ਸਾਥੀ ਆ ਵੀ ਇਹ ਸਾਰੇ ਪਹਿਲਵਾਨ ਆ, ਇਹ ਵੀ ਯੈਸ ਇਹ ਅਜੇ ਨੂੰ ਅਕਾਊਂਟ 'ਚ ਪੈਸੇ ਪਾਏ, ਅਜੇ ਨੇ ਅੱਗੇ ਰਜੀਵ ਦੇ ਪਾਏ, ਕਿਉਂਕਿ ਅਜੇ ਜਿਹੜਾ ਪਹਿਲਵਾਨ ਆ ਉਹ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਛਿੰਝਾਂ 'ਤੇ ਕੁਸ਼ਤੀ ਲੜਨ ਆਉਂਦਾ, ਔਰ ਇਹਨਾਂ ਦੀ ਕਾਫੀ ਅੱਛੀ ਫਰੈਂਡਸ਼ਿਪ ਹੈਗੀ ਇਹਨਾਂ ਨਾਲ। ਦੇਖੋ ਹਾਲੇ ਇਹ ਜਿਹੜੀਆਂ ਹਾਲੇ ਕੋਈ ਸਾਡੀ ਇਨਵੈਸਟੀਗੇਸ਼ਨ ਛਿੰਝ ਮੇਲੇ ਵਾਲੀ ਕੋਈ ਕਮੇਟੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ, ਔਰ ਫਰਦਰ ਜੇ ਇਹ ਵੀ ਗੱਲ ਹੈਗੀ ਇਹ ਵੀ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਠੱਗੀ ਹੈਗੀ ਆ, ਜਿਹੜੇ ਲੋਕ ਕੁਸ਼ਤੀ ਨੂੰ ਪਿਆਰ ਕਰਦੇ ਆ ਇਹ ਵੀ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਠੱਗੀ ਹੈਗੀ ਆ, ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਫਤੀਸ਼ ਕਰਾਵਾਂਗੇ। ਨਹੀਂ ਪਹਿਲਾਂ FIR ਕੋਈ ਦਰਜ ਨਹੀਂ ਹੈਗੀ, ਐਜ਼ ਪਰ ਹਾਲੇ ਤੱਕ ਜਿਹੜਾ ਅਸੀਂ ਰਿਕਾਰਡ ਚੈੱਕ ਕੀਤਾ ਇਹੀ FIR ਦਰਜ ਹੈਗੀ। ਨਹੀਂ ਹਾਲੇ ਤੱਕ ਦੀ ਤਫਤੀਸ਼ ਦੇ ਵਿੱਚ ਨਹੀਂ ਆਇਆ, ਪਰੰਤੂ ਫਰਦਰ ਜਿਹੜਾ ਹੈਗਾ ਇਹਦਾ ਇੱਕ ਇਨਲੋਜ਼ ਹੈਗਾ ਜਿਹੜਾ ਇਹਦੀ ਭੈਣ ਦਾ ਘਰ ਵਾਲਾ, ਉਹਨੇ ਵੀ 8 ਬੰਦੇ ਜਿਹੜੇ ਸੀਗੇ ਇਹਨੂੰ ਕਰਕੇ ਦਿੱਤੇ ਸੀ, ਉਹ ਵੀ ਅਸੀਂ ਉਹਨੂੰ ਵੀ ਨਾਲ ਹੀ ਰੱਖਿਆ ਹੋਇਆ। ਸੰਜੀਵ ਜਿਹੜਾ ਸੰਜੀਵ ਇਹਦਾ ਜੀਜਾ ਆ, ਯੈਸ ਹਾਂ, ਜਿਹੜਾ ਮੇਨ ਆ ਰਾਜੀਵ ਛੋਟੂ ਹੈ।